ਨੂੰ ਇੱਕ ਡਰਿੰਕ ਦੱਸਣ ਲੱਗਿਆ ਉਹ ਡਰਿੰਕ ਨਹੀਂ ਹੈਗਾ ਅੰਮ੍ਰਿਤ ਹੈ ਸਪੈਸ਼ਲੀ ਉਹਨਾਂ ਲਈ ਜਿਹੜੇ ਕਿਡਨੀ ਨੂੰ ਬਚਾਉਣਾ ਚਾਹੁੰਦੇ ਆ ਜਾਂ ਜਿਨ੍ਹਾਂ ਨੂੰ ਕਿਡਨੀ ਦਾ ਰੋਗ ਹੋ ਚੁੱਕਿਆ ਡਰਿੰਕ ਉਹਨਾਂ ਨੇ ਵੀ ਪੀਣਾ ਜਿਨ੍ਹਾਂ ਨੂੰ ਕਿਡਨੀ ਦੇ ਰੋਗ ਹੈਗੇ ਆ ਜਿਨ੍ਹਾਂ ਨੂੰ ਪੱਥਰੀ ਹੈਗੀ ਹੈ ਜਿਨ੍ਹਾਂ ਦੇ ਗੁਰਦੇ ਖਰਾਬ ਹੋ ਚੁੱਕੇ ਆ ਔਰ ਉਹਨਾਂ ਨੇ ਵੀ ਪੀਣਾ ਜਿਨ੍ਹਾਂ ਨੇ ਉਹ ਚਾਹੁੰਦੇ ਆ ਜਿਹੜੇ ਚਾਹੁੰਦੇ ਆ ਕਿ ਮੈਨੂੰ ਗੁਰਦੇ ਖਰਾਬ ਨਾ ਹੋਣ ਜਿਵੇਂ ਡਾਇਲਿਸਿਸ ਗੁਰਦੇ ਸਾਫ਼ ਕਰਦੀ ਹੈ ਇਹ ਡਰਿੰਕ ਪੂਰੇ ਗੁਰਦਿਆਂ ਨੂੰ ਉੱਪਰ ਤੋਂ ਲੈ ਕੇ ਨੀਚੇ ਤੱਕ ਸਾਫ਼ ਕਰ ਦਿੰਦਾ ਡਾਇਲਿਸਿਸ ਦੀ ਤਰ੍ਹਾਂ ਹੀ ਕਹਿ ਸਕਦੇ ਹਾਂ ਕੰਮ ਕਰਦਾ ਔਰ 100% ਮੇਰੀ ਸ਼ਿਓਰਟੀ ਹੈ ਜਿਹੜਾ ਬੰਦਾ ਗਰਮੀਆਂ ਦੇ ਵਿੱਚ ਇਹ ਪੀ ਲੈਂਦਾ ਉਹਨੂੰ ਗੁਰਦੇ ਦੀ ਪ੍ਰੋਬਲਮ ਆਉਣ ਵਾਲੇ ਟਾਈਮ ਦੇ ਵਿੱਚ ਨਹੀਂ ਹੋਏਗੀ ਜ਼ਰੂਰ ਦੇਖਣਾ ਚਾਹਾਂਗੇ ਇਹ ਕਿਹੋ ਜਿਹਾ ਡਰਿੰਕ ਹੈਗਾ ਡਰਿੰਕ ਵੀ ਕੁਛ ਇਹ ਚ ਕੋਸਟਲੀ ਨਹੀਂ ਘਰ ਦੇ ਵਿੱਚ ਤੁਸੀਂ ਬਣਾਉਣਾ ਈਵਨ ਬਣਾਉਣਾ ਨਹੀਂ ਜੀ ਬਣਾਉਣਾ ਹੈ ਘਰ ਰੱਖਣਾ ਹੈ ਬਣਾ ਕੇ ਠੀਕ ਹੈ ਇਹ ਸਾਰਿਆਂ ਨੂੰ ਦੇਣਾ ਸਪੈਸ਼ਲੀ ਬੱਚਿਆਂ ਨੂੰ ਜਿਹੜੇ ਗਰਮੀ ਦੇ ਵਿੱਚ ਆਉਂਦੇ ਆ ਔਰ ਜਿਹੜੇ ਪੇਰੈਂਟਸ ਮਜ਼ਦੂਰ ਬਾਹਰ ਕੰਮ ਕਰਦੇ ਆ ਜਿਹੜਾ ਇਹ ਵੀਡੀਓ ਨੂੰ ਦੇਖਦੇ ਆ ਘਰ ਲਿਆਓ 10-15 ਰੁਪਏ ਵੀ ਨਹੀਂ ਪੂਰੇ ਦਿਨ ਦੇ ਵਿੱਚ ਸਾਨੂੰ ਲੱਗਣੇ ਇਹ ਬਣਾ ਕੇ 2-3-4 ਵਾਰੀ ਜਿੰਨੀ ਵਾਰ ਪੀ ਸਕਦੇ ਹੋ ਪੀਓ ਕੀ ਲੈਣਾ ਮੈਂ ਦੱਸਦਾ ਆਹ ਦੇਖੋ ਬੜਾ ਸਿੰਪਲ ਹੈ ਇੱਕ ਪਾਊਡਰ ਹੈ ਇਹ ਚਨੇ ਦਾ ਪਾਊਡਰ ਹੈ ਜਿਹੜੇ ਭੁੱਜੇ ਹੋਏ ਚਨੇ ਹੁੰਦੇ ਆ ਉਹ ਲੈਣੇ ਆ ਆਪਾਂ 100 ਗ੍ਰਾਮ ਚਨੇ ਲੈਣੇ ਆ ਉਹਨੂੰ ਪਿਸਵਾ ਲੈਣਾ ਔਰ ਉਹਦਾ ਪੀਸ ਕੇ ਪਾਊਡਰ ਬਣਾ ਲੈਣਾ ਦੂਜੇ ਨੰਬਰ ਦੇ ਉੱਤੇ ਆਹ ਜਿਹੜਾ ਆਪਾਂ ਜਿਉਂ ਦਾ ਹੁੰਦਾ ਹੈ ਜਿਉਂ ਲੈਣੇ ਆ ਜਿਉਂ ਦਾ ਪਾਊਡਰ ਬਣਾ ਲੈਣਾ ਔਰ ਤੀਜੇ ਨੰਬਰ ਦੇ ਉੱਤੇ ਇੱਕ ਇਹ ਮੈਡੀਕੇਟਿਡ ਮੈਡੀਸਿਨ ਹੈ ਆਯੁਰਵੈਦਿਕ ਇਹਨੂੰ ਬੋਲਦੇ ਪੰਚ ਤ੍ਰਿਣਮੂਲ ਇਹਦਾ ਪਾਊਡਰ ਬਣਾ ਲੈਣਾ ਇਹਨਾਂ ਨੂੰ 100 ਗ੍ਰਾਮ ਚਨੇ ਦਾ 100 ਗ੍ਰਾਮ ਜਿਉਂ ਦਾ ਔਰ 100 ਗ੍ਰਾਮ ਪੰਚ ਤ੍ਰਿਣਮੂਲ ਦਾ ਪਾਊਡਰ ਲੈ ਕੇ ਇਹਨੂੰ ਮਿਕਸੀ 'ਚ ਘੁਮਾ ਲੈਣਾ ਔਰ ਇਹ ਇਸ ਫੋਰਮ ਦੇ ਵਿੱਚ ਆ ਜਾਏਗਾ ਬਿਲਕੁਲ ਇਹਦਾ ਦਰਦਰਾ ਪਾਊਡਰ ਬਣ ਜਾਣਾ ਇਹ ਪਾਊਡਰ ਨੂੰ ਉਹਦਾ 1 ਚਮਚ ਆਪਾਂ ਗਲਾਸ ਦੇ ਵਿੱਚ ਪਾਉਣਾ ਔਰ ਇਹਨੂੰ ਘੋਲ ਲੈਣਾ ਉੱਪਰੋਂ ਕੀ ਕਰਨਾ ਆਪਾਂ ਜਿਹੜਾ ਪਾਣੀ ਹੈ ਬਿਲਕੁਲ ਠੰਡਾ ਚਿਲਡ ਪਾਣੀ ਲੈਣਾ ਔਰ ਉੱਪਰੋਂ ਆਪਾਂ 1 ਨਿੰਬੂ ਲੈਣਾ ਔਰ ਇਹਨੂੰ ਨਿਚੋੜ ਦੇਣਾ ਇਹਦੇ ਅੰਦਰ ਸਿੰਪਲ ਕੁਛ ਵੀ ਨਹੀਂ ਕਰਨਾ ਬਸ ਇਹਨੂੰ ਗਲਾਸ ਨੂੰ ਪਿਆ ਰਹਿਣ ਦੇਣਾ 5 ਮਿੰਟ ਲਈ 5 ਮਿੰਟ ਦੇ ਵਿੱਚ ਇਹ ਬਿਲਕੁਲ ਘੁਲ ਕੇ ਐਨ ਬਿਲਕੁਲ ਸਾਫ਼ ਹੋ ਜਾਏਗਾ ਪਾਣੀ ਦੇ ਵਾਂਗੂ ਠੀਕ ਹੈ ਇਹਦੇ ਅੰਦਰ ਥੋੜ੍ਹਾ ਜਿਹਾ ਸੈਂਦਾ ਨਮਕ ਰੋਕ ਸਾਲਟ ਜਿਹਨੂੰ ਬੋਲਦੇ ਹਾਂ ਆਪਾਂ ਉਹ ਮਿਲਾਉਣਾ ਇਹਦੇ ਅੰਦਰ ਔਰ ਉਹ ਮਿਲਾ ਕੇ ਤੁਸੀਂ ਇਹਨੂੰ ਆਮ ਤੌਰ 'ਤੇ ਰੋਟੀ ਖਾਣ ਤੋਂ ਜਾਂ ਤਾਂ 2 ਘੰਟੇ ਪਹਿਲਾਂ ਔਰ ਜਾਂ ਫਿਰ 2 ਘੰਟੇ ਬਾਅਦ 'ਚੋਂ ਪੀਣਾ ਦਿਨ ਦੇ ਵਿੱਚ 1 ਵਾਰੀ ਜਾਂ 2 ਵਾਰੀ ਤਾਂ ਪੀਣਾ ਹੀ ਪੀਣਾ ਹੈ ਜਿੰਨੀ ਵੀ ਪਿੱਤ ਦੀਆਂ ਬਿਮਾਰੀਆਂ ਜਿੰਨੀ ਵੀ ਕਫ ਦੀਆਂ ਬਿਮਾਰੀਆਂ ਜੋ ਵੀ ਸਰੀਰ ਦੇ ਅੰਦਰ ਗੰਦਗੀ ਹੈ ਸਪੈਸ਼ਲੀ ਕਿਡਨੀ ਦੇ ਅੰਦਰ ਗੰਦਗੀ ਹੈ ਇਹਨੇ ਉਹਨੂੰ ਝਾੜ ਕੇ ਬਾਹਰ ਕਰ ਦੇਣਾ ਅਗਰ ਕਿਸੇ ਨੂੰ ਲੱਗਦਾ ਹੈ ਕਿ ਇਹ ਪਾਊਡਰ ਪੀਣ ਦੇ ਵਿੱਚ ਥੋੜ੍ਹਾ ਜਿਹਾ ਕੜੱਪਣ ਦੇ ਰਿਹਾ ਤਾਂ ਇਹਦੇ ਵਿੱਚ ਅਗਰ ਕਿਸੇ ਨੂੰ ਸ਼ੂਗਰ ਨਹੀਂ ਹੈਗੀ ਉਸ ਬੰਦੇ ਨੇ ਇਹਦੇ ਵਿੱਚ ਗਲੂਕੋਨ ਡੀ ਦੇ 2 ਚਮਚ ਪਾ ਲੈਣੇ ਆ ਐਨਰਜੀ ਡਰਿੰਕ ਬਣ ਜਾਏਗਾ ਉਸ ਤੋਂ ਬਾਅਦ ਇਹ ਪੇਟ ਨੂੰ ਸਾਫ਼ ਕਰਨ ਵਾਲਾ ਬਣ ਜਾਏਗਾ ਪਿੱਤ ਨੂੰ ਸ਼ਾਂਤ ਕਰਨ ਵਾਲਾ ਬਣ ਜਾਏਗਾ ਗਰਮੀ ਨੂੰ ਦੂਰ ਕਰਨ ਵਾਲਾ ਬਣ ਜਾਏਗਾ ਔਰ ਦੂਸਰੇ ਨੰਬਰ 'ਤੇ ਸਭ ਤੋਂ ਜ਼ਰੂਰੀ ਕਿਡਨੀ ਨੂੰ ਸਾਫ਼ ਕਰਨ ਵਾਲਾ ਬਣ ਜਾਏਗਾ ਇਹ ਸਿੰਪਲ ਡਰਿੰਕ ਜਿਹੜਾ ਮੈਂ ਦੱਸਿਆ ਆਮ ਤੌਰ ਦੇ ਉੱਤੇ ਲੋਕ ਦੱਸਦੇ ਨਹੀਂ ਵੀ ਅੰਦਰ ਕੀ ਹੈ ਲਿਫਾਫੇ 'ਚ ਭਰ ਕੇ ਦਿੰਦੇ ਆ ਤੁਹਾਡੇ ਸਾਹਮਣੇ ਬਣਿਆ ਹੋਇਆ ਲਓ ਬਣਾਓ ਪੀਓ ਬੱਚਿਆਂ ਦੇ ਵਿੱਚ ਗੁਰਦੇ ਖਰਾਬ ਹੋਣ ਦਾ ਇੱਕ ਮੇਜਰ ਕਾਰਨ ਹੈ ਫਾਸਟ ਫੂਡ ਔਰ ਉਸ ਫਾਸਟ ਫੂਡ ਦੇ ਵਿੱਚ ਵੀ ਇੱਕ ਮੇਜਰ ਕਾਰਨ ਹੈ ਇੱਕ ਐਲੀਮੈਂਟ ਹੈ ਅਜੀਨੋਮੋਟੋ ਜਿਹੜਾ ਕਿ 99% ਚਾਈਨੀਜ਼ ਫੂਡ ਦੇ ਵਿੱਚ ਆਪਾਂ ਨੂੰ ਮਿਲਦਾ ਹੈ ਉਹਦੀ ਜਿਹੜੀ ਗ੍ਰੇਵੀ ਹੈ ਉਹਨੂੰ ਥਿੱਕ ਕਰਨ ਲਈ ਉਹਨੂੰ ਪਾਉਂਦੇ ਆ ਅਜੀਨੋਮੋਟੋ ਇੱਕ ਇੱਦਾਂ ਦਾ ਪਦਾਰਥ ਹੈ ਜਿਹੜਾ ਕਿ ਗੁਰਦੇ ਖਰਾਬ ਕਰਦਾ ਹੀ ਕਰਦਾ ਬੱਚੇ ਅੱਜ ਕੱਲ੍ਹ ਹਟਦੇ ਨਹੀਂ ਹੈਗੇ ਕਿਸੇ ਦੇ ਵੀ ਨਹੀਂ ਹਟਦੇ ਤੁਹਾਡੇ ਨਹੀਂ ਹਟਦੇ ਸਾਡੇ ਨਹੀਂ ਹਟਦੇ ਤਾਂ ਉਹਦੇ ਵਿੱਚ ਇਹੀ ਮੈਂ ਬੋਲੂੰਗਾ ਜਾਂ ਬੇਨਤੀ ਕਰੂੰਗਾ ਸਰਕਾਰਾਂ ਨੂੰ ਕਿ ਅਗਰ ਹੋ ਸਕਦਾ ਹੈ ਤਾਂ ਉਸ ਅਜੀਨੋਮੋਟੋ ਦੇ ਉੱਤੇ ਬੈਨ ਕੀਤਾ ਜਾਵੇ ਗ੍ਰੇਵੀ ਪਤਲੀ ਹੋਏਗੀ ਤਾਂ ਵੀ ਚੱਲ ਜੂਗੀ ਯਾਰ ਕੋਈ ਦਿੱਕਤ ਥੋੜ੍ਹੀ ਹੈਗੀ ਹੈ ਸਤਿ ਸ਼੍ਰੀ ਅਕਾਲ ਦੋਸਤੋ ਡਿਜੀਟਲ ਪੰਜਾਬ ਲਾਈਵ ਤੁਸੀਂ ਦੇਖ ਰਹੇ ਹੋ ਅੱਜ ਮੈਂ ਤੁਹਾਨੂੰ ਡਾਕਟਰ ਜੋਗੇਸ਼ ਬਾਂਸਲ ਜੀ ਨਾਲ ਮਿਲਾਉਣ ਲੱਗੇ ਜੋ MD PhD ਨੇ ਔਰ ਪੰਜਾਬ ਦੇ ਇੱਕੋ ਇੱਕ ਅਜਿਹੇ ਡਾਕਟਰ ਨੇ ਜੋ PhD ਸਪੈਸ਼ਲ ਫੋਰ ਕਿਡਨੀ ਪੇਸ਼ੈਂਟ ਮੈਂ ਕਹਿੰਦਾ ਕਿਡਨੀ ਦੇ ਅਗਰ ਕੋਈ ਪੇਸ਼ੈਂਟ ਹੈਗੇ ਇਹਨਾਂ ਕੋਲ ਇੱਕ ਵਾਰ ਆ ਜਾਂਦਾ ਤਾਂ ਸਾਨੂੰ ਵੀ ਦਵਾਵਾਂ ਦਿੰਦਾ ਵੀ ਹਾਂ ਅਸੀਂ ਸਹੀ ਜਗ੍ਹਾ 'ਤੇ ਪਹੁੰਚ ਗਏ ਹਾਂ ਬਹੁਤ ਸਾਰੇ ਪੇਸ਼ੈਂਟ ਜਿਨ੍ਹਾਂ ਨੂੰ ਕਿਡਨੀ ਦੇ ਵਿੱਚ ਗੁਰਦਿਆਂ ਦੇ ਵਿੱਚ ਪ੍ਰੋਬਲਮ ਰਹਿੰਦੀ ਸੀ ਜਾਂ ਜਿਨ੍ਹਾਂ ਨੂੰ ਡਾਇਲਸਿਸ ਤੱਕ ਦੱਸ ਦਿੱਤਾ ਗਿਆ ਸੀ ਉਹਨਾਂ ਨੂੰ ਵੀ ਸਿਰਫ ਦਵਾਈਆਂ ਦੇ ਨਾਲ ਆਯੁਰਵੈਦਿਕ ਦਵਾਈਆਂ ਦੇ ਨਾਲ ਕਿਸ ਤਰ੍ਹਾਂ ਠੀਕ ਕੀਤਾ ਜਾ ਸਕਦਾ ਅੱਜ ਹੋਰ ਜਾਣਕਾਰੀ ਲਵਾਂਗੇ ਡਾਕਟਰ ਜੋਗੇਸ਼ ਬਾਂਸਲ ਜੀ ਕੋਲ ਫਲੋਰ ਇੱਕ ਵਾਰੀ ਫੇਰ ਪਹੁੰਚੇ ਹਾਂ ਔਰ ਇਹ ਵੀ ਸੁਣਨ ਵਿੱਚ ਆਇਆ ਵੀ ਇੱਕ ਗਰਮੀਆਂ ਦੇ ਵਿੱਚ ਜਿਸ ਤਰ੍ਹਾਂ ਹੀ ਕਿਡਨੀ ਦੇ ਰੋਗੀਆਂ ਦਾ ਰੋਗ ਵੱਧ ਜਾਂਦਾ ਇੱਕ ਇਹਨਾਂ ਨੇ ਡਰਿੰਕ ਤਿਆਰ ਕੀਤਾ ਜਿਸ ਦੇ ਨਾਲ ਪੀਣ ਨਾਲ ਕਿਡਨੀ ਦੀ ਸਫਾਈ ਵੀ ਹੋ ਜਾਂਦੀ ਹੈ ਔਰ ਕਿਡਨੀ ਦੇ ਰੋਗ ਵੀ ਖਤਮ ਹੋਣਾ ਸ਼ੁਰੂ ਹੋ ਜਾਂਦੇ ਨੇ ਪੂਰੀ ਜਾਣਕਾਰੀ ਲਵਾਂਗੇ ਇਸ ਵੀਡੀਓ ਦੇ ਅੰਦਰ ਸਰ ਸਵਾਗਤ ਹੈ ਤੁਹਾਡਾ ਇੱਕ ਵਾਰੀ ਫਿਰ ਤੋਂ ਔਰ ਬਹੁਤ ਵਧੀਆ ਲੱਗ ਰਿਹਾ ਸਾਨੂੰ ਵੀ ਅਸੀਂ ਕਮੈਂਟ ਪੜ੍ਹਦੇ ਹਾਂ ਨੀਚੇ ਤਾਂ ਲੋਕ ਜਿਸ ਤਰ੍ਹਾਂ 2 ਜੜੀ ਬੂਟੀਆਂ ਤੁਸੀਂ ਸਿਰਫ ਕਿਡਨੀ ਦੇ ਰੋਗਾਂ ਲਈ ਦੱਸੀਆਂ ਸੀ
हजारों लोगों ने अजमाइया ने 1 मिलियन प्लस लोगों ने वीडियो देखा है, लोगों ने अपने आप अगे शेयर भी किया। और तो किस तरह का महसूस हो रहा है? नहीं, काफ़ी अच्छा लगता है जो थोड़ा एप्रीशिएशन मिलती है, और एप्रीशिएशन के नाल जो थोड़ा सक्सैस भी मिलती है, पेशेंट भी ठीक होंगे है, पेशेंट की दुआवें भी मिलती हैं, सानू काफ़ी अच्छा लगता है। ठीक है, और आयुर्वेद अपने आप महान है, अगर आप आयुर्वेद में फॉलो करते हैं तो हर तरह की बीमारी दूर किया जा सकता है। यही चीज़ आप उदो दसी सी, और थोड़ा भी बहुत बहुत धन्यवाद कि तुम वो शूट किया, लोगों को पता लग गया, 1 मिलियन लोगों ने उन्होंने देखा, बहुत फोन आए, बहुत प्यार मिले। थैंक यू सर। जिस तरह हुण अजकल गर्मियों के विच किडनी के रोग क्यों बढ़ जाते हैं और छोटे छोटे बच्चे भी ये चपेट में आ रहे हैं, इसका की कारण है? ये भी लोगों के सवाल है कि जो थोड़े नाल अज मैं सांझे करने। सौरभ जी, इदा गर्मियों के विच आपां पानी ज़्यादा पीने पर पेशाब सानू घट आता कंपैरेटिवली सर्दियों के, और जो पेशाब घट आता वै और आप पेशाब को रोक लीए और पेशाब प्रोपरली ना करिए फिर गुरदियां दी या किडनी की बीमारी होने के चांसिस बढ़ जाते हैं। स्पेशली ये देखा गया कि बच्चे जेडे स्कूल जाते हैं वो पानी भी घट पीते हैं, गर्मी के बसों के दो दो घंटे रेंदे है, डीहाइड्रेशन होने कारण पेशाब की मात्रा घट होने कारण उन्होंने गर्मियों के पेशाब की रोग होने या फिर गुरदियां रोग होने के कारण बच जाते हैं, ये मेन कारण है। इस तरह लास्ट टाइम तुसी दसिया सी भी जिन्हां नूं डायलिसिस भी दस दिता गया होवे जे जिन्हां दा क्रिएटिनिन लेवल 7-8 तक भी चला जांदा है वो भी आयुर्वेदिक दे नाल ठीक कीता जा सकदा? हाँ जी, डेफिनेटली अगर कोई बंदा साडे कोल टाइम सिर आ जांदा, जिवें आपां अगे भी दसिया सी कि गुरदे फेल नूं असीं 5 कैटेगरी च डिवाइड करदे हां जां स्टेजिस च डिवाइड करदे हां, स्टेज 1, 2, 3, 4, 5, ये साडे कोल इक रब ने दित्ती हुई टाइम है। अगर कोई स्टेज 1 दे विच आ जांदा है तां 100% वो क्योर हो जांदा, स्टेज 2 दे विच आ जांदा है तां इहदे विच भी असीं कह सकदे हां कि वो टाइम ते आ गया और वो बंदा अपनी बीमारी नूं क्योर कर सकदा है। स्टेज 3 दा मतलब हुंदा है कि उहदा क्रिएटिनिन लेवल वध गया वै, 1.5 तो लैके 2.5 दे आसपास पहुँच गया वै, उहदा बॉडी दा जिहड़ा GFR है जिहनूं असीं ग्लोमेरुलर फिल्ट्रेशन रेट बोलदे हां वो घट के 30 तो 50 दे विच रह रिहा। अगर इस स्टेज दे विच उस बंदा आ जांदा साडे कोले तां बिलीव मी असीं उहनूं स्टेज 4 जाण तों रोक लैंदे हां। किवें रोक लैंदे हां? आयुर्वेदिक मेडिसिन दे नाल, लाइफ स्टाइल नूं मोडीफाई करके या फिर जो कुछ असीं मेडिसिन पेशेंट नूं प्रोवाइड करदे हां उहदे नाल। पेशेंट नूं स्टेज 4 दे विच नहीं जा पाता पेशेंट, और स्टेज 4 ना जा के डिले होके 14-15-16 साल तक का साडे कोल डाटा मेनटेन है जिहड़े पेशेंट ऑलरेडी चलते पए आ। स्टेज 4 जदों GFR जिहड़ा हैगा घट के 30 तो नीचे आ गया वै और पेशेंट नूं पेशाब की प्रॉब्लम आनी शुरू हो गई है, हत्था पैरां च सूजन आना शुरू हो गया, उन्हों पसीना ज़्यादा आने लग गया वै या घट आने लग गया वै, रंग उहदा काला हो गया वै लंग्स दे विच या फिर उहदे पेट दे विच पानी भरन लग गया वै, तो इस चीज़ नूं असीं स्टेज 4 बोलते हैं। इस स्टेज दे विच जिहड़ा ट्रीटमेंट प्रोटोकॉल असीं फॉलो करते हैं वह यही है कि पेशेंट नूं डायलिसिस तो जाण तो रोकना है जिवें मर्जी, बाय हुक और बाय क्रुक। ठीक है, वो असी जो प्रोटोकॉल अप्लाई किया होया वो साडा सिर्फ यही टारगेट रहिंदा है कि वह GFR जो घट चुका वह घट चुका होर ना घटे, जिन्नियां दवाइयां उहदियां चलदियां पईयां हैगियां उहनूं घट्टो घट कर दिता जाए, जो उहदी कोमोरबिडिटीज़ है, कोमोरबिडिटीज़ लाइक उहनूं किडनी के नाल शूगर है, BP है, हार्ट की प्रॉब्लम है या होर कोई भी प्रॉब्लम है, उहदियां दवाइयां नूं मिनीमाइज़ करके उस बंदे की डायलिसिस नूं रोक दिता जाए या फिर उहनूं डायलिसिस तों पहुँचण तों रोक दिता जाए। बट बदकिस्मती साडी या आयुर्वेद की या फिर लोगों की असीं कहीए ये है कि वह पहली 4 स्टेज के सीरीयस ही नहीं होंगे, उन्होंने लगता है कि डॉक्टर जो कहता पाया तो ऐवें बोलता है। मैं फ्रेंकली दस रहा थोनू, पेशेंट आके कहता जी मेरा तो जी 200 BP है, मैनू कोई दिक्कत नहीं होंगी। वो भाई तेन दिक्कत हूँ थोड़ी होनी है, 5वीं स्टेज के उत्ते आके तेरे घरदियां नूं दिक्कत होनी है जो तेन हूँ लान लैके फिरना, जो डॉक्टर ने कहना डायलिसिस करा लो तुम कहना मैं नहीं करा, मैं करा, मैंने आके लोग पूछते डॉक्टर साहब असी डायलिसिस नहीं करा चाहते, मैं तुम कौन होने ना कराने वाले? भाई ये कराना पेगा, नहीं करावे तो इंजन बंद हो जाऊगा साड़ी बॉडी का। ठीक है ना, फिर वो कहते तुम तो कहने डायलिसिस असं बंद करा दें, भाई असी डायलिसिस बंद उदा करा सकते हैं जो टाइम पर आ जाता, टाइम का मतलब स्टेज 2, 3, 4 पर आ जाता, तुम कहो भी मेरा क्रिएटिनिन 10 हैगा वै और तुम जादू करके डायलिसिस बंद करा दो, बंद हो जूगा, ग्रेजुअली होएगा, पेशेंस रखनी पेगी, जो तुम दसया जाएगा वो फॉलो करना पेगा, बंद होंगे बंद हो भी जाएगा। बट आके तुम कहो जी तुम कोई इदा की जड़ी बूटी दे दो तुम तो पता नहीं की किया हो, इदा नहीं होना, ट्रीटमेंट ट्रीटमेंट है, उन्होंने फॉलो करना पड़ेगा प्रॉपरली। अगर ट्रीटमेंट करांगे तो जे डायलिसिस नहीं भी होया तो नहीं होएगा,
और जे शुरू हो गया दो चार पांच बारी हो भी गया तो उन्होंने ग्रेजुअली आप बंद कर सकते हैं।